ਮੇਰੀ ਵਾਰੀ ਲੈ ਉਹ ਸਰਦਾਰ ਦੇਖਦਾ ਕਿਆ ਕਰਦਾ ਜ਼ਿੰਦਗੀ ਚ ਅੱਠ ਨਹੀਂ ਉਹ ਭਰਾਵਾ 6-3-9 ਹੁੰਦਾ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਵਧੀਆ ਹੋਵੋਗੇ ਕੈਂਟ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸ਼ਾਮ ਦਾ ਟਾਈਮ ਆਫਿਸ ਤੋਂ ਫ੍ਰੀ ਹੋ ਚੁੱਕਿਆ ਤੇ ਅੱਜ ਤੁਹਾਨੂੰ ਸਾਰੇ ਜੰਕਸ਼ਨ ਦਿਖਣਗੇ ਜੰਕਸ਼ਨ ਨੰਬਰ 1 ਜੰਕਸ਼ਨ ਨੰਬਰ 2 ਸਭ ਤੋਂ ਜ਼ਿਆਦਾ ਜੰਕਸ਼ਨ ਨੰਬਰ 3 ਤੇ ਸਭ ਤੋਂ ਪਹਿਲਾਂ ਤਾਂ ਸਾਡੀ ਤਰਲੀਨ ਕੌਰ ਨੂੰ ਵਧਾਈਆਂ ਦੇ ਦੋ ਜੀ ਇਹ ਸਭ ਤੋਂ ਛੋਟਾ ਬੱਚਾ ਸੀਗਾ ਤੇ ਇਹ ਹਾਂ ਇਹ ਵੀ 9-5 ਦੇ 9-5 ਤੇ ਜੁੰਗਲ ਤੇ ਫਸ ਚੁੱਕੀ ਹੈ ਜਿੱਥੇ ਮੈਂ ਲੱਗੀ ਆ ਉੱਥੇ ਮਤਲਬ ਕੁਛ ਵੀ ਹੋ ਸਕਦਾ 12-18-24 ਘੰਟੇ ਮਤਲਬ ਕਿਥੇ ਉਹਨਾਂ ਨੂੰ ਕਢਾਈ ਮਾਂਜਣ ਵਾਲਾ ਨਾ ਮਿਲੇ ਤਰਲੀ ਨਹੀਂ ਕਾਰਪਟ ਵਿਛਾਣ ਵਾਲਾ ਨਾ ਮਿਲੇ ਤਰਲੀ ਨਹੀਂ ਇਵੈਂਟ ਮੈਨੇਜਰ ਆ ਨਾ ਫਿਰ ਇਹ ਇਵੈਂਟ ਦੇ ਵਿੱਚ ਕੁਝ ਵੀ ਮੈਨੇਜ ਕਰਨਾ ਪੈ ਸਕਦਾ ਯੈਸ ਇਹ ਸਾਡਾ ਇੱਕ ਹੋਰ ਮੈਂਬਰ ਕਿਉਂਕਿ ਇਹਨੇ ਹਾਂ ਇਹਨੀ ਨੌਕਰੀ ਕੀ ਇਹਦੀ ਤਾਂ ਇਹ ਤਾਂ ਜਿਹੀ ਜੀ ਇਹਦੀ ਨੌਕਰੀ ਆ ਨਾ ਇਹਨੇ ਸਾਰੇ ਬਾਰੇ ਹਾਂ ਜੇ ਜਿਹੜੇ ਇਹ ਪੁੰਨ ਕਰਕੇ ਆਈ ਨਾ ਉਹਦੇ ਵਰਗੇ ਪੁੰਨ ਹੈ ਹੀ ਨੀ ਜੀ ਸੋ ਦੋਸਤੋ ਇਹ ਨਾਲ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਕਿਉਂਕਿ ਦੇਖੋ ਜੀ ਪ੍ਰਨੀਤ ਦਾ ਸਾਹਮਣੇ ਜੀ ਇਹ ਥੋੜੀ ਦੇਰ ਛੁੱਟੀ ਤੇ ਆਇਆ ਹੋਇਆ ਇਸ ਲਈ ਇਹਨੇ ਚਲੇ ਜਾਣਾ ਹੁਣ ਠੀਕ ਹੈ ਹਾਂ ਲੁੱਡੋ ਮੈਂ ਸੁਣਿਆ ਹੋਇਆ ਬੋਰਡ ਗੇਮ ਦਾ ਮੈਨੂੰ ਪਤਾ ਨੀ ਚੈਸ ਦਾ ਹੀ ਪਤਾ ਹੋਏ ਸਾਰਾ ਕੁਝ ਨਵਾਂ ਕੀ ਹੈ ਇਹ ਆ ਗਈ ਜੀ ਆਪਣੀ ਸਬਸਿਡੀ ਇਹ ਤਾਂ ਪਤਾ ਹੀ ਹੈ ਦੱਸੋ ਯਾਰ ਤੁਸੀਂ ਆਹ ਮੋਨੋਪੋਲੀ ਤੇ ਬਿਜ਼ਨਸ ਸੇਮ ਹੀ ਹੈ ਠੀਕ ਹੈ ਤੇ ਇਹਦੇ ਚ ਕੀ ਹੋਏਗਾ ਸਾਰੀ ਜਗ੍ਹਾ ਦੀ ਨਾ ਅਲੱਗ ਅਲੱਗ ਸਟੇਟਸ ਨੇ ਤੇ ਮਤਲਬ ਕੋਈ ਕੋਈ ਸਿਟੀਜ਼ ਨੇ ਜਿੱਦਾਂ ਪਲੇਅਰ ਅੱਗੇ ਜਾਂਦਾ ਤੇ ਰੀਅਲ ਲਾਈਫ ਬਿਜ਼ਨਸ ਦਾ ਇੱਕ ਰੈਪਲੀਕਾ ਕ੍ਰੀਏਟ ਸੋ ਤੁਸੀਂ ਚਾਰੇ ਖੇਡੋਗੇ ਫਿਰ ਚੌਥਾ ਵੀ ਹੈ ਨਾ ਤੁਸੀਂ ਵੀ ਖੇਡੋ ਨਹੀਂ ਆ ਦੇ ਚੌਥਾ ਮੈਂਬਰ ਤੇਰਾ ਇਹ ਅਮਨੀ ਤ੍ਰਿਜੀ ਦਾ ਐਡ ਆਨ ਹੈ ਅੱਛਾ ਨਹੀਂ ਮੈਂ ਪਹਿਲਾਂ ਤੁਹਾਨੂੰ ਦੇਖੂੰਗਾ ਚਾਰਾਂ ਨੂੰ ਫਿਰ ਉਹ ਬਾਈ ਤਾਂ ਹੀ ਪਤਾ ਲੱਗੂ ਮੈਨੂੰ ਇੱਕ ਵਾਰ ਖੇਡ ਕੇ ਜਿੰਨੇ ਨੰਬਰ ਆਵੋਗੇ ਤੁਸੀਂ ਉੱਥੇ ਲੈਂਡ ਕਰੋਗੇ ਲੈਟਸੇ ਦੀਦੀ ਸਟਾਰਟਿੰਗ ਇੰਦੌਰ ਤੇ ਲੈਂਡ ਕਰੇ ਹੁਣ ਜੇ ਤਾਂ ਉਹਨਾਂ ਕੋਲ 1500 ਰੁਪਇਆ ਹੋਇਆ ਕੈਸ਼ ਆ ਜਿਹੜਾ ਕੈਸ਼ ਹਰ ਪਲੇਅਰ ਨੂੰ ਕੁਛ ਨਾ ਕੁਛ ਅਮਾਊਂਟ ਆਫ ਕੈਸ਼ ਮਿਲੇਗਾ ਇਨ ਦਾ ਬਿਗਨਿੰਗ ਤੇ ਇਹਨਾਂ ਨੇ ਖਰੀਦ ਲੈਣਾ ਜੇ ਇੰਦੌਰ ਖਰੀਦ ਲਿਆ ਇਹਨਾਂ ਨੂੰ ਇੱਕ ਕਾਰਡ ਮਿਲ ਜਾਏਗਾ ਕਿਉਂਕਿ ਇਹ 1500 ਜੇ ਖਰੀਦ ਲਿਆ ਬੈਂਕ ਤੋਂ ਪੈਸੇ ਦੇ ਕੇ ਤਾਂ ਹੁਣ ਜੇ ਨੈਕਸਟ ਟਰਨ ਚ ਮੇਰੀ ਮੈਂ ਇੰਦੌਰ ਤੇ ਲੈਂਡ ਕਰੂੰਗਾ ਤਾਂ ਜਿਹਦਾ ਇਹਦਾ ਰੈਂਟ ਹੋਊਗਾ ਮੈਨੂੰ ਦੀਦੀ ਨੂੰ ਪੇ ਕਰਨਾ ਪਊਗਾ ਐਂਡ ਸਾਰਿਆਂ ਦਾ ਕੈਸ਼ ਖਤਮ ਕਰਨਾ ਹੈ ਜਿਆਦਾ ਵਧਦੀ ਰਹੇਗੀ ਹੁਣ ਇਹ ਪ੍ਰੋਪਰਟੀ ਅਪਗ੍ਰੇਡ ਵੀ ਹੋਏਗੀ ਕਿ ਜਿਵੇਂ ਮੰਨ ਲਓ ਦੂਜੀ ਵਾਰੀ ਜਿਹੜੀ ਇੰਦੌਰ ਤੇ ਆਉਂਦੇ ਆ ਹੁਣ ਉਹਨਾਂ ਕੋਲ ਇੰਦੌਰ ਹੈ ਇਹ ਅਪਗ੍ਰੇਡ ਕਰ ਸਕਦੇ ਉੱਥੇ ਆਪਣਾ ਇੱਕ ਘਰ ਪਾ ਕੇ ਫਿਰ ਘਰ ਤੋਂ ਹੋਟਲ ਪਾ ਕੇ ਪਹਿਲੇ ਜ਼ਮੀਨ ਜ਼ਮੀਨ ਤੋਂ ਘਰ ਘਰ ਤੋਂ ਹੋਟਲ 4BHK ਬਣਾਇਆ ਫਿਰ ਉਸ ਤੋਂ ਹੋਟਲ ਹੈ
ਅੱਛਾ ਹੋਟਲ ਵੀ ਪਾਵਾਂਗੇ ਅਗਲਾ ਪਹਿਲਾਂ ਪਹਿਲਾਂ ਕੈਫੇ ਜੋ ਕੇ ਕਰ ਲਈਏ ਮੈਂ ਰੈਂਟ ਦੇਣਾ ਜਾਂ ਇਹਦੇ ਚ ਕੁਛ ਐਸੀਆਂ ਚੀਜ਼ਾਂ ਕਿ ਸਾਨੂੰ ਬੈਂਕ ਨੂੰ ਵੀ ਪੇ ਕਰਨਾ ਪਏਗਾ ਕਿ ਜਿਵੇਂ ਆਹ ਚਾਂਸ ਤੇ ਕਮਿਊਨਿਟੀ ਟੈਸਟ ਹੈ ਇਹਨਾਂ ਤੇ ਕਈ ਵਾਰੀ ਫਾਈਨ ਆਉਂਦਾ ਜਾਂ ਕੁਛ ਸੋ ਜੇ ਮੰਨ ਲਓ ਮੇਰੇ ਕੋਲ ਕੈਸ਼ ਖਤਮ ਹੋ ਗਿਆ ਤਾਂ ਮੈਂ ਬੈਂਕ ਕਰਪਟ ਹੋ ਜਾਊਂਗਾ ਤੇ ਮੈਂ ਗੇਮ ਤੋਂ ਆਊਂਗਾ ਜਿਹੜਾ ਸਭ ਤੋਂ ਲੰਬਾ ਸਰਵਾਈਵ ਕਰ ਗਿਆ ਉਹ ਵਿਨਰ ਹੈ ਮੈਂ 2% ਸਮਝ ਗਿਆ ਬਾਕੀ ਮੈਨੂੰ ਹਾਂ 98% ਹੁਣ ਖੇਡ ਕੇ ਪਤਾ ਲੱਗੂਗਾ ਕਿ ਮੈਂ ਇੰਦੌਰ ਜਾਣਾ ਜਾਂ ਪਾਕਿਸਤਾਨ ਸੋ ਜੋ ਵੀ ਉਹਦੇ 'ਚ ਆਪਸ਼ਨ ਹੋਏਗਾ ਉਹ ਦੇਖਾਂਗੇ ਟਰਾਈ ਕਰਕੇ ਲੈਟਸ ਟਰਾਈ ਕੀ ਹੁੰਦਾ ਸਭ ਕੁਛ ਸੱਚ ਚੁੱਕਾ ਫਿਲਹਾਲ ਹੁਣ ਅਸੀਂ ਗੇਮ ਲੱਗੇ ਹਾਂ ਸ਼ੁਰੂ ਕਰਨ ਮੇਰੇ ਵਾਸਤੇ ਪਹਿਲਾ ਐਕਸਪੀਰੀਅੰਸ ਆ ਇਹ ਭਾਈ ਪੈਣਾ ਸਾਰੀਆਂ ਆਪਣੀ ਡਿਸਕਸ਼ਨ ਲੱਗੇ ਹੋਏ ਆ ਕਰਨ ਹੁਣ ਮੈਨੂੰ ਪਤਾ ਨਹੀਂ ਮੀਤ ਕੋਈ ਤੁਹਾਨੂੰ ਯਾਦ ਆ ਗਿਆ ਸਾਰਾ ਕੁਛ ਕੀ ਕਰਨਾ ਤੁਹਾਨੂੰ ਪਤਾ ਕਿ ਜੇ ਤੁਹਾਡਾ 7 ਤੋਂ 9 ਆ ਗਿਆ ਤੁਸੀਂ ਜੇਲ੍ਹ ਜਾ ਸਕਦੇ ਹੋ ਗੇਮ ਚੱਲ ਵੀ ਪਹਿਲੀ ਲੂਡੋ ਖੇਡ ਚੱਕਦੇ ਫਟੇ ਹੋਏ ਇਹ ਕਿਹਦਾ ਹੈ ਇਹਦੇ ਕੋਲ 5000 ਰੁਪਿਆ ਸੀ ਅੱਛਾ ਸਾਰਿਆਂ ਨੂੰ 20-20 ਰੁਪਏ ਮਿਲਿਆ ਹੋਇਆ ਨਾ ਬੇਟਾ ਚੰਡੀਗੜ੍ਹ ਹੀ ਰਹਿਣਾ ਕੋਈ ਮਤਲਬ ਗੇਮ ਚ ਵੀ ਚੰਡੀਗੜ੍ਹ ਰਹਿਣਾ ਆਪਾਂ ਨੇ ਅੱਗੇ ਵਧਣਾ ਨੀ ਮਤਲਬ ਹੈ ਇਹ ਕੀ ਹੈ ਚੰਡੀਗੜ੍ਹ ਸੀਗਾ 2500 ਦਾ ਇਹਨੇ 10000 ਦਿੱਤਾ 7500 ਰੁਪਏ ਮੋੜੂਗਾ ਅੱਛਾ ਤੇ ਹੁਣ ਇਹ ਚ ਚੰਡੀਗੜ੍ਹ ਲੱਭ ਲੈਣਾ ਹੈ ਇਹ ਵਿਚਾਰੀ ਨੇ ਇੰਨੀ ਮਿਹਨਤ ਤੋਂ ਬਾਅਦ ਫਿਰ ਚੰਡੀਗੜ੍ਹ ਹੀ ਆਈ ਹੈ ਸਾਰੇ ਲੱਭ ਲੱਭ ਕੇ ਚੰਡੀਗੜ੍ਹ ਆਉਂਦੇ ਆ ਜਿਹੜੇ ਆਲਰੇਡੀ ਚੰਡੀਗੜ੍ਹ ਦੇ ਨੇ ਨਾ ਬੇਟਾ ਉਹ ਨਹੀਂ ਆਉਂਦੇ ਹੈਗੇ ਹਾਂ ਉਹ ਅਲੱਗ ਅਲੱਗ ਜਗ੍ਹਾ ਜਾਂਦੇ ਨੇ ਅਮੀਤ ਕੌਰ ਜੀ ਤਾਂ ਧੀਰਪੁਰ ਨੂੰ ਆਊਗੀ ਲੱਗਦਾ ਇਹ ਜੈਪੁਰ ਅਮੀਤ ਕੌਰ ਜੀ ਤੁਹਾਨੂੰ ਕਿੰਨੇ 3000 ਰੁਪਿਆ ਹਾਂ ਖਰੀਦ ਲੈ ਮਨੀਤ ਇੱਥੇ ਤਾਂ ਖਰੀਦ ਲੈਂਦੇ ਆ ਹੁਣ ਮੇਰੀ ਵਾਰੀ ਲੈ ਉਹ ਸਰਦਾਰ ਦੇਖਦਾ ਕਿਆ ਕਰਦਾ ਜ਼ਿੰਦਗੀ ਚ 8 ਨਹੀਂ ਉਹ ਭਰਾਵਾ 6-3-9 ਹੁੰਦਾ ਕੋਚ ਸਾਹਿਬ ਨੂੰ ਪਹਿਲੇ ਹਲੇ ਪਹਿਲੇ
ਪਹਿਲੇ ਹਲੇ ਹੀ ਸਰਦਾਰ ਤਾਂ ਗਿਆ ਜੇਲ੍ਹ ਦੇ ਵਿੱਚ ਜੀ, ਖਬਰ ਤਾਂ ਮਾਰ ਲੈਣਾ ਨਾਲ ਪੁੱਛ ਲੈਣਾ ਸਮਾਜਿਕ ਹਨਾ ਜੋ ਵੀ ਅੱਗੇ ਕੀ ਪਲੈਨਿੰਗ ਹੈ। ਕਮਿਊਨਿਟੀ ਜਸਟ ਤੈਨੂੰ ਕੀ ਹੋ ਗਿਆ ਹੁਣ? ਮੈਂ ਦੇਖੋ ਜੀ ਪਹਿਲੀ ਵਾਰੀ ਮੈਂ ਟੈਕਸ ਤੇ ਆਇਆ, ਦੂਜੀ ਵਾਰੀ ਮੇਰਾ 1500 ਦਾ ਮੈਨੂੰ ਬੈਂਕ ਨੂੰ ਚੁਕਾ ਦੇਣਾ ਪਊਗਾ। ਮਤਲਬ ਸਭ ਤੋਂ ਛੇਤੀ ਬੈਂਕਰਪਟ ਹੋ ਜੂਗਾ, ਇਹੀ ਗੱਲ ਆ ਮੇਨ ਮੋਟੀ ਮੋਟੀ ਇਹੀ ਹੋਊਗਾ ਨਾ। ਬਸ ਠੀਕ ਆ, ਮਤਲਬ ਪੀਜ਼ੋ ਤੋਂ ਪਹਿਲਾਂ ਇਹਨੇ ਮੈਨੂੰ ਲੱਗਦਾ ਇਹ ਹਾਂ ਕਰ ਦੂਗਾ ਫ੍ਰੀ ਇਹ। ਸਾਡੇ ਚੋਂ ਇੱਕ ਬੰਦੇ ਨੂੰ ਬਹੁਤ ਤੁਸੀਂ ਇਹਦਾ ਸ਼ਕਲ ਦੇਖ ਸਕਦੇ ਕਸਟਮਰ, ਰੋ ਹੀ ਨਹੀਂ ਰਿਹਾ ਹਾਂ, ਇਹ ਜਿਹੜਾ ਜਦੋਂ ਦਾ ਇਹ ਵਿਚਾਰਾ ਸਮਝਾਉਂਦਾ ਹੀ ਰਹਿ ਗਿਆ ਜਿੰਨਾ ਕਰਜ਼ਾ ਇਸ ਟਾਈਮ ਇਹਦੇ ਤੇ ਆ। ਆਹ ਮੇਰੇ ਕੋਲ 2 ਪ੍ਰੋਪਰਟੀਆਂ ਜੀ, ਮਨਵੀਤ ਕੋਲ 3 ਪ੍ਰੋਪਰਟੀਆਂ, ਉਹਦੇ ਕੋਲ 3, ਇਹਦੇ ਕੋਲ 3-4 ਪ੍ਰੋਪਰਟੀ ਇਹਦੇ ਕੋਲ, ਇਹ ਬਸ ਇਹ ਬੈਂਕਰਪਟ ਹੋਣ ਵਾਲਾ, ਇਹ ਬੈਂਕਰਪਟ ਹੋਣ ਵਾਲਾ। ਕੌਣ ਜੇਲ ਚ ਜੇਲ ਚ ਆਇਆ ਦੀਦੀ? ਮਨਵੀਤ ਕੋਲ ਚੀਟਿੰਗ ਦਾ ਨੀ ਸੀ ਪੱਕਾ ਨਾ, ਅਸੀਂ ਦੇਖਿਆ ਨੀ ਤਾਂ ਕਰਕੇ। ਉਹ ਤਾਂ ਪਹਿਲੀ ਬਹੁਤ ਲੈ ਲਿਆ ਯਾਰ 5, ਤੁਸੀਂ ਤੇਰਾ ਕਿਹੜਾ ਯੈਲੋ ਕਲਰ? ਨਿਊ ਦਿੱਲੀ 6000 ਰੁਪਏ ਚ ਹੈ, ਲਹਿੰਗੇ ਤੂੰ ਲੈ। ਮੈਨੂੰ ਪਤਾ ਕੀ ਲੱਗਦਾ ਤੂੰ ਗੁੜਗਾਓ ਅਸਲ ਚ ਜਾਇਆ ਆ, ਗੇਮ ਚ ਤਾਂ ਨੀ ਜਾਂਦਾ ਕਿਤੇ ਤੂੰ। ਕਮ ਕਮ ਲੇਡੀ ਪੀਜ਼ਾ ਕਮ, ਵੈਰੀ ਨਾਈਸ ਕਮ ਕਮ, ਵਰਲਡ 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 ਬਿਗੇਸਟ ਪੀਜ਼ਾ ਔਨ ਦਾ ਫਲੋਰ। ਉਹ ਤੁਹਾਡਾ ਭਲਾ ਹੋ ਜਾਵੇ। ਕਿਹੜਾ ਮਾਊਂਟ ਐਵਰੈਸਟ ਪੀਜ਼ਾ ਹੈ ਕਿਹੜਾ ਹੈ? ਚਲੋ ਸੋ ਦੋਸਤੋ ਹੁਣ ਆਪਾਂ ਆ ਗਏ ਜੀ ਬਾਹਰ, ਬਾਹਰ ਇਸ ਲਈ ਆਏ ਕਿਉਂਕਿ ਜ਼ਿੰਦਗੀ ਭਰ ਦੀਆਂ ਸਾਰੀਆਂ ਪ੍ਰੋਪਰਟੀਜ਼ ਖਰੀਦ ਕੇ ਤੇ ਇੰਨਾ ਕੁਛ, ਮਤਲਬ 6-7 ਪ੍ਰੋਪਰਟੀਜ਼ ਮੈਂ ਜਿੱਤ ਲਈਆਂ ਸੀਗੀਆਂ, ਮਤਲਬ 8-10 ਕੋਈ ਨਹੀਂ। ਅਗਲੀ ਵਾਰੀ ਤੁਸੀਂ ਪੱਕਾ ਜਿੱਤੋਗੇ, ਇਸ ਵਾਰੀ ਹਾਰ ਗਏ ਤਾਂ ਕੀ ਕਵਰ ਅਪ ਕਰ ਰਹੇ ਸੀ? ਨਹੀਂ ਨਹੀਂ ਯਾਰ ਕਮਾਲ ਦੀ ਗੱਲ, ਇਹਨੂੰ ਇਹਨੂੰ ਆਈਡੀਆ ਨਹੀਂ ਹੈ, ਸਾਰਾ ਧਿਆਨ ਇਹਦਾ ਪੀਜ਼ੇ 'ਚ ਸੀਗਾ, ਜ਼ਿਆਦਾ ਪੀਸ ਵੀ ਨਹੀਂ ਖਾਧਿਆ ਤਾਂ ਕਰਕੇ ਪੀਜ਼ਾ ਬਹੁਤ ਸਵਾਦ ਸੀਗਾ। ਇਸ ਪੀਜ਼ਾ ਮਤਲਬ ਡੂ ਆਰਡਰ ਫਰੋਮ ਲਾਪੀਨੋਸ, ਰੈਂਟ ਦੇ ਦੇ ਕੇ ਬਹੁਤ ਕਮਲਾ ਹੋ ਗਿਆ ਸੀ ਤਾਂ। ਉਧਾਰੀ ਰੱਖੀ ਕਰਤੀ ਕਰਤੀ ਗੱਲ ਪੂਰੀ ਕਰਤੀ ਉਹਨੇ, ਗੱਲ ਪੂਰੀ ਕਰਤੀ ਉਹਨੇ, ਬਿਜ਼ਨਸ ਵਿੱਚ 50 ਰੁਪਏ ਦੇ ਮੇਰੇ ਇਮੋਸ਼ਨਲ ਇਹ ਤਾਂ ਮੈਨੂੰ ਇਮੋਸ਼ਨ ਵੀ ਲੱਗ ਰਹੀ। ਉਹ ਕਹਿੰਦੇ ਨਾ ਵਿਛੋੜਿਆਂ ਨੇ ਇੱਦਾਂ ਦਾ ਕਰਤਾ, ਨੌਕਰੀਆਂ ਨੇ ਇਹਨੂੰ ਇੱਦਾਂ ਇੱਦਾਂ ਕਰਤਾ, ਸਕਾ ਪ੍ਰਾਉਂਟ ਪ੍ਰਾਉਂਟ ਪੈਸੇ ਹੀ ਬਚਾਏ ਉਹਦੇ ਤੋਂ, ਪੈਸੇ ਨੂੰ ਉਹ ਤਾਂ ਕਵਰ ਕਰ ਰਹੀ ਤੁਹਾਡੇ ਪੈਸੇ ਬਚੀ ਨੇ। ਪਰ ਅਭੀ ਦੇ ਜਿਹੜੇ ਦਿਲ ਸੇ ਲੱਗੇ ਨਾ, ਜ਼ੂਮ ਕਰੋ ਅਭੀ ਦੇ ਜੋ ਐਕਚੁਅਲ ਐਕਸਪ੍ਰੈਸ਼ਨ ਦੇ ਨਾ ਹਰਟ ਹੋਇਆ ਉਹ। ਇਹਨਾਂ ਕਹਿੰਦਾ ਕਵਰ ਤਾਂ ਰੋਸਟ ਸ਼ੋ ਵਾਲੇ ਨਹੀਂ ਕਰ ਰਹੇ ਸੀ ਆਪਣੇ ਐਕਸਪ੍ਰੈਸ਼ਨ ਨੂੰ, ਜਿਹੜਾ ਕਰਦੇ ਰਹਿ ਗਏ। ਨਹੀਂ ਤੂੰ ਵੀ ਮੇਰੀ ਭੈਣ ਹੈ, ਉਹ ਤਾਂ ਸੀਗੀ ਸੁਪਰੀਤ ਦੀਦੀ ਨੂੰ ਅੰਦਰ ਅਸਰ ਹੋ ਗਿਆ। ਚਲੋ ਠੀਕ ਹੈ ਗਾਇਜ਼, ਓਕੇ ਬਾਏ ਐਵਰੀਵਨ, ਬਾਏ, ਟੇਕ ਕੇਅਰ।